ਅੰਮ੍ਰਿਤਧਾਰੀ ਸਿੰਘ ਨੇ ਮੂਰੇ ਮੂਰੇ ਭਜਾਏ ਸਕਾਰਪੀਓ ਵਾਲੇ ਬਦਮਾਸ਼, ਘਰ ਤੇ ਕਰਨ ਆਈ ਸੀ ਹਮਲਾ, ਕੱਲਾ ਹੀ ਸਿੰਘ ਡਾਂਗ ਚੁੱਕ ਕੇ ਪੈ ਗਿਆ ਪਿੱਛੇ। ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਧਾਵਾ ਬੋਲਿਆ ਜਾਂਦਾ ਹੈ। ਹੱਥਾਂ ਦੇ ਵਿੱਚ ਇਹਨਾਂ ਦੇ ਹਥਿਆਰ ਹੁੰਦੇ ਨੇ, ਡਾਂਗਾਂ, ਸੋਟੀਆਂ ਅਤੇ ਕਿਰਪਾਨਾਂ। ਇੱਕ ਘਰ ਤੇ ਜਦ ਇਹ ਹਮਲਾ ਕਰ ਰਹੇ ਹੁੰਦੇ ਨੇ ਤਾਂ ਉਸੇ ਘਰ ਦਾ ਸਿੰਘ ਨਿਕਲ ਕੇ ਬਾਹਰ ਆਉਂਦਾ ਹੈ, ਉਸਦੇ ਹੱਥ 'ਚ ਵੀ ਡਾਂਗ ਫੜੀ ਹੁੰਦੀ ਹੈ, ਉਹ ਡਾਂਗ ਚਲਾਉਂਦਾ ਹੈ, ਤਾਂ ਦੇਖੋ ਕਿਵੇਂ ਫਿਰ ਇਹ ਬਦਮਾਸ਼ ਭੱਜਦੇ ਹੋਏ ਨਜ਼ਰ ਆਉਂਦੇ ਨੇ। ਦੱਸ ਦਈਏ ਕਿ ਮਾਮਲਾ ਤਰਨ ਤਾਰਨ ਦੇ ਪਿੰਡ ਸੰਭਰਾ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਕੁਛ ਸਮੇਂ ਪਹਿਲਾਂ ਲੜੀਆਂ ਸੀ ਅਤੇ ਦੁਬਾਰਾ ਉਹਨਾਂ ਦੀ ਹੋਈ ਲੜਾਈ ਹੋਈ ਹੈ। ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਨੌਜਵਾਨ ਦੀ ਜਾਨ ਲੈ ਲਈ ਗਈ, ਜਿਸ ਦੀਆਂ CCTV ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਕਿਵੇਂ ਇਹ ਸਾਰੇ ਬਦਮਾਸ਼ ਪਹਿਲਾਂ ਤਾਂ ਕਾਲੇ ਰੰਗ ਦੀ ਸਕਾਰਪੀਓ ਦੇ ਵਿੱਚ ਆਉਂਦੇ ਨੇ, ਘੱਟੋ ਘੱਟ 7 ਤੋਂ 8 ਇਹ ਨੌਜਵਾਨ ਬਦਮਾਸ਼ ਇੱਕ ਘਰ 'ਤੇ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਹਿਚਾਣ ਗੁਰਦਿਆਲ ਸਿੰਘ ਵੱਲੋਂ ਹੋਈ ਹੈ ਅਤੇ ਗੁਰਦਾਸ ਸਿੰਘ, ਜੋ ਕਿ ਗੁਰਦਿਆਲ ਸਿੰਘ ਦਾ ਗੁਆਂਢੀ ਸੀ, ਇਸ 'ਤੇ ਕਤਲ ਦੇ ਇਲਜ਼ਾਮ ਲੱਗ ਰਹੇ ਨੇ। ਦਰਅਸਲ ਗੁਰਦਾਸ ਸਿੰਘ ਅਤੇ ਗੁਰਦਿਆਲ ਸਿੰਘ ਦੀ ਕੁਛ ਸਮੇਂ ਪਹਿਲਾਂ ਵੀ ਲੜਾਈ ਹੋਈ ਸੀ, ਜਿਸ ਦਾ ਰਾਜ਼ੀਨਾਮਾ ਪਿੰਡ ਦੇ ਮੌਤਬਾਰ ਬੰਦਿਆਂ ਦੇ ਵੱਲੋਂ ਕਰਵਾ ਦਿੱਤਾ ਗਿਆ ਅਤੇ ਹੁਣ ਫਿਰ ਗੁਰਦਿਆਲ ਸਿੰਘ ਦੇ ਸਿਰ ਦੇ ਵਿੱਚ ਸੱਟ ਲੱਗੀ। ਗੁਰਦਾਸ ਸਿੰਘ ਦੇ ਘਰ 'ਤੇ ਉਹ ਹਮਲਾ ਕਰਵਾ ਰਿਹਾ ਸੀ ਬਦਮਾਸ਼ਾਂ ਨੂੰ ਲੈ ਕੇ, ਅਤੇ ਇਸ ਹਮਲੇ ਦੇ ਵਿੱਚ ਗੁਰਦਿਆਲ ਸਿੰਘ ਦੀ ਮੌਤ ਹੋ ਗਈ ਹੈ। ਤਾਂ ਦੇਖ ਸਕਦੇ ਹੋ ਗੁਰਦਾਸ ਸਿੰਘ ਦੇ ਘਰੋਂ ਇੱਕ ਨੌਜਵਾਨ ਅੰਮ੍ਰਿਤਧਾਰੀ ਸਿੰਘ ਬਾਹਰ ਨਿਕਲਦਾ ਹੈ, ਜਿਸਦੇ ਹੱਥ 'ਚ ਡਾਂਗ ਫੜੀ ਹੁੰਦੀ ਹੈ। ਉਹ ਬਦਮਾਸ਼ਾਂ ਨੂੰ ਭਜਾਉਣ ਦੇ ਵਿੱਚ ਕਾਮਯਾਬ ਰਹਿੰਦਾ ਹੈ, ਪਰ ਉਸ ਸਮੇਂ ਤੱਕ ਗੁਰਦਿਆਲ ਸਿੰਘ ਦੇ ਸਿਰ 'ਚ, ਜੋ ਕਿ ਇਹ ਬਦਮਾਸ਼ ਲੈ ਕੇ ਆਇਆ ਸੀ, ਉਸਦੇ ਸਿਰ 'ਚ ਡਾਂਗ ਵੱਜਦੀ ਹੈ। ਹੁਣ ਇਹ ਨਹੀਂ ਪਤਾ ਕਿ ਡਾਂਗ ਕਿਸਦੇ ਵੱਲੋਂ ਮਾਰੀ ਗਈ, ਗੁਰਦਾਸ ਸਿੰਘ ਨੇ ਮਾਰੀ ਹੈ ਜਾਂ ਫਿਰ ਗੁਰਦਿਆਲ ਸਿੰਘ ਦੀ ਲੜਾਈ ਝਗੜੇ ਦੇ ਵਿੱਚ ਹੀ ਮੌਤ ਹੋ ਗਈ ਹੈ, ਜਾਂਚ ਦਾ ਵਿਸ਼ਾ ਹੈ। ਆਓ ਪੁਲਿਸ ਦਾ ਕੀ ਕਹਿਣਾ ਇਸ ਉੱਪਰ, ਉਹ ਵੀ ਜਾਣ ਲੈਂਦੇ। ਇਹ ਵੀਰ ਜੀ, ਰਾਤ ਆਉਂਦੇ ਪਹਿਲਾਂ ਸਾਡਾ ਵੀਰ ਛੋਟਾ ਗੁਰਦਿਆਲ ਸਿੰਘ ਆਉਂਦੇ ਸੀ, ਇਹਨਾਂ ਦਾ ਪਹਿਲਾਂ ਕੋਈ 2-4 ਮਹੀਨੇ ਪਹਿਲਾਂ ਲੜਾਈ ਹੋਈ ਸੀ ਅਤੇ ਉਹ ਰਾਜ਼ੀਨਾਮਾ ਹੋ ਗਿਆ ਸੀ। ਇਹ ਸਾਡੇ ਘਰ ਜਾ ਕੇ ਆਉਂਦਾ ਸੀ ਵੀ ਮੈਂ ਜੱਟਾਂ ਨੂੰ ਕੁੱਟਿਆ ਵਾ ਅਤੇ ਕੁੜੀਆਂ ਉਹਨਾਂ ਦੀਆਂ ਕੁੱਟੀਆਂ ਵਾ, ਇਹਨੇ ਕਈਆਂ ਨੂੰ ਪਿੰਡਾਂ 'ਚ ਆਖਿਆ ਸੀ। ਇਹ ਮੁੜ ਕੇ ਰਾਤ ਸਾਡਾ ਭਰਾ ਆਉਂਦਿਆ ਸੀ, ਇਹਨਾਂ 4 ਜੀ ਆ, ਗੁਰਦਾਸ ਸਿੰਘ, ਰਾਮ ਸਿੰਘ ਪਿਓ ਦਾ ਨਾਂ, ਪਿਆਰਾ ਸਿੰਘ, ਦੋ ਇਹਨਾਂ ਦੇ ਘਰ ਦੇ, ਉਹਨਾਂ ਦੇ ਨਾਂ ਦਾ ਨਹੀਂ ਸਾਨੂੰ ਪਤਾ, ਨਾਲ ਇਹਨਾਂ ਦੀਆਂ ਬੇਟੀਆਂ ਵੀ ਹੈਗੀਆਂ ਉੱਥੇ ਉਹ ਮੌਕੇ 'ਤੇ। ਖਿੱਚ ਕੇ ਸਾਡਾ ਭਰਾ ਜਾ ਕੇ ਮੌਕਾ ਵੇਸੇ ਦੇ ਘੱਟ ਤੋਂ ਘੱਟ 5 ਤੋਂ 7 ਕਰਮਾਂ ਨਾਲ ਖਿੱਚ ਕੇ ਘਰ ਜਾ ਕੇ ਕੋਈ ਤਿੱਖੀ ਚੀਜ਼ ਜਿੱਦਾਂ ਕਿਰਪਾਨ ਮਾਰੀ ਆ ਜਾਂ ਟੱਗੂਆ ਮਾਰਿਆ, ਸਿਰ 'ਚ ਸੱਟ ਆ, ਥਾਂ 'ਤੇ ਮਰ ਗਿਆ। ਮੁੜ ਕੇ ਇਹਨਾਂ ਸਾਨੂੰ ਚੁੱਕਣ ਨਹੀਂ ਦਿੱਤਾ ਜੀ, ਅਸੀਂ ਗਏ ਸਾਨੂੰ 1.5 ਘੰਟੇ ਬਾਅਦ ਇਹਨਾਂ ਸਾਨੂੰ ਦੱਸਿਆ, ਫਿਰ ਆ ਫੋਨ ਵੀ ਆਪ ਹੀ ਲਾਇਆ ਵੀ ਤੁਹਾਡਾ ਬੰਦਾ ਮਾਰਤਾ, ਚੁੱਕ ਕੇ ਲੈ ਜਾਓ। ਅਸੀਂ ਗਏ ਜਾ ਕੇ ਵੇਖਿਆ ਤਾਂ ਖਤਮ ਪਿਆ ਸੀ, ਫਿਰ ਅਸੀਂ ਇਹਨਾਂ ਨੂੰ ਆਖਿਆ ਨਹੀਂ ਚੁੱਕਣ ਦੇਣਾ, ਅਸੀਂ ਕਿ ਚੁੱਕਿਆ, ਠੇਕੇਦਾਰ ਵੀ ਕਹਿੰਦਾ ਸੀ ਵੀ ਅਸੀਂ ਨਹੀਂ ਲਾ ਚੁੱਕਣ ਦੇਣੀ ਜੇ ਚਿਰ ਪੁਲਿਸ ਨਹੀਂ ਆਉਂਦੀ। ਪੁਲਿਸ ਮੁੜ ਕੇ 1.5 ਘੰਟੇ ਬਾਅਦ ਸਾਡੇ ਕੋਲ ਗਈ ਆ, ਅਸੀਂ ਉਹਨੇ ਚਲੋ ਅਸੀਂ ਆਪਦਾ ਬੰਦਾ ਚੁੱਕ ਲਿਆ, ਪਾਣੀ ਪੂਣੀ ਪਿਆ ਤਾਂ ਠੀਕ ਲੰਘਿਆ। ਮੁੜ ਕੇ ਜਦੋਂ ਅਸੀਂ ਵੇਖਿਆ ਜਾ ਕੇ ਤਾਂ ਸੰਧੂ ਹਸਪਤਾਲ ਖੜਿਆ, ਉਹਨਾਂ ਨੂੰ ਜਵਾਬ ਦਿੱਤਾ ਪੱਟੀ ਖੜਿਆ ਉਹਨਾਂ ਨੂੰ, ਉੱਥੇ ਜਾ ਕੇ ਡੈੱਡ ਬੋਡੀ। ਉਮਰ ਉਹਦੀ ਵੀਰ ਜੀ ਅਜੇ 21ਵਾਂ ਸਾਲ ਉਹਨੂੰ ਲੱਗਾ। ਉਹਨਾਂ ਦਾ ਨਾਂ ਪਿਆਰਾ ਸਿੰਘ, ਪਿਓ ਦਾ ਨਾਂ ਰਾਮ ਸਿੰਘ, ਬੇਟਾ ਉਹਨਾਂ ਦਾ ਗੁਰਦਾਸ ਸਿੰਘ, ਦੋ ਉਹਨਾਂ ਦੀਆਂ ਘਰਦੀਆਂ ਜੀ। ਖਿੱਚ ਕੇ ਧੂ ਕੇ ਉਹਨਾਂ ਘਰੋਂ ਬਾਹਰੋਂ ਗਲੀ 'ਚੋਂ ਖੜਿਆ ਉਹਨੂੰ, ਸਾਡੇ ਗੁਆਂਢੀ ਹੈ ਜੀ। ਹਾਂਜੀ, ਨਹੀਂ ਕੋਈ ਦੁਸ਼ਮਣੀ ਜੀ, ਇਹੋ ਤੁਹਾਨੂੰ ਦੱਸਿਆ ਪਹਿਲਾਂ ਲੜਾਈ ਹੋਈ ਤਾਂ ਉਹ ਸਾਫ ਮਿਲ ਗਿਆ, ਸਾਰਾ ਕੁਛ ਹੋ ਗਿਆ ਜੀ। ਉਦੋਂ ਬਾਅਦ ਕੋਈ ਨਹੀਂ, ਇਹਨਾਂ ਬਸ ਰਾਤ ਕਿਤੇ ਆਉਂਦਿਆਂ ਇਹਨਾਂ ਖਿੱਚ ਕੇ ਘਰ ਜਾ ਕੇ
ਇਸ ਤਰ੍ਹਾਂ ਮਾਰਤਾ ਜੀ। ਸਾਨੂੰ ਇਹਦੇ ਜੋ ਬਿਲਕੁਲ ਸਾਫ਼ ਚਾਹੀਦਾ, ਸਖ਼ਤ ਤੋਂ ਸਖ਼ਤ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਪੰਜਾਂ ਜੀਆਂ 'ਤੇ। ਸਾਡੀ ਫੇਰ ਹੀ ਵੀਰ ਜੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਡਾ ਵੱਡਾ ਸਾਡਾ ਭਾਰ ਟੁੱਟ ਗਿਆ ਅੱਜ ਸਾਡੇ 'ਤੇ, ਸਾਡੀਆਂ ਲੱਤਾਂ ਬਾਹਾਂ ਹੀ ਟੁੱਟ ਗਈਆਂ ਜੀ। ਹਾਂਜੀ, ਇਨਫੋਰਮੇਸ਼ਨ ਮਿਲੀ ਸੀ ਸਾਢੇ ਬਾਰਾਂ ਦੇ ਕਰੀਬ ਦੋ ਪਾਰਟੀਆਂ ਆਪਸ ਲੜੀਆਂ ਤੇ ਗੁਆਂਢੀ ਸੀਗੇ। ਉਹਨਾਂ ਚੋਂ ਇੱਕ ਲੜਕਾ ਜੀ ਦੀ ਉਮਰ 20-22 ਸਾਲ, ਗੁਰਦਿਆਲ ਸਿੰਘ ਸਨ ਉਹ ਹਜ਼ਾਰਾ ਸਿੰਘ, ਇਹਦੀ ਸਿਰ 'ਚ ਸੱਟ ਵੱਜੀ ਜਿਹਦੀ ਮੌਕੇ 'ਤੇ ਮੌਤ ਹੋ ਗਈ ਸੀ। ਅਤੇ ਇਹਦੀ ਜਿਹੜੀ ਡੈੱਡ ਬੋਡੀ ਸੀ, ਇਹਨਾਂ ਦੇ ਗੁਆਂਢੀ ਘਰ ਹੈਗਾ ਰਾਮ ਸਿੰਘ ਸਨ ਉਹ ਪਿਆਰਾ ਸਿੰਘ, ਉਹਦੇ ਘਰ ਮਿਲੀ। ਬਸ ਉਹਦੀ ਆਪਣਾ ਸਿਸਟਰ ਦੀ ਸਟੇਟਮੈਂਟ 'ਤੇ ਪਰਚਾ ਦੇ ਰਿਹਾ ਜੀ, ਅਤੇ ਜੋ ਮਰਗ ਦੀ ਕਾਰਵਾਈ ਹੈਗੀ ਉਹ ਕਰ ਰਹੇ ਹਾਂ। ਵਜ੍ਹਾ ਰੰਜਿਸ਼ ਪਤਾ ਲੱਗਾ ਵੀ 2-3 ਮਹੀਨੇ ਪਹਿਲਾਂ ਇਹਨਾਂ ਦੀ ਆਪਸ 'ਚ ਕੀ ਤੂਤੂ ਮੈਂ ਹੋਈ ਸੀ, ਲੜਾਈ ਝਗੜਾ ਹੋਇਆ ਸੀ, ਉਹਨੂੰ ਲੈ ਕੇ ਕੱਲ੍ਹ ਰਾਤ ਫਿਰ ਲੜੇ ਹੈ। ਪਰਚਾ ਫਿਲਹਾਲ 3 ਬੰਦੇ ਨੇ, ਜਿਹੜਾ ਇੱਕ ਗੁਰਦਾਸ ਸਿੰਘ ਸਾਨੂੰ ਪਿਆਰਾ ਸਿੰਘ, ਰਾਮ ਸਿੰਘ ਸਾਨੂੰ ਪਿਆਰਾ ਸਿੰਘ, ਅਤੇ ਇੱਕ ਪਿਆਰਾ ਸਿੰਘ, ਤਿੰਨੇ ਪਿਓ ਪੁੱਤ ਨੇ। ਨਹੀਂ ਹਾਲੇ ਫਿਲਹਾਲ ਨਹੀਂ। ਹਾਂ ਉਹ ਖੰਗਾਲ ਰਹੇ ਹਾਂ ਅਸੀਂ, ਆਪਣੇ ਆਪ ਤਫਤੀਸ਼ ਕਰ ਰਹੇ ਹਾਂ ਉਹ ਸਾਰੀ ਟੈਕਨੀਕਲ ਵਿਊ ਤੋਂ ਵੀ, ਜਿਵੇਂ ਕੋਈ ਕਾਰਵਾਈ ਹੋਏਗੀ ਉਹ ਸਾਹਮਣੇ ਚੱਲੇਗੀ।